ਮੈਂ ਤਾਂ ਫਿਰ ਹੋਰ ਉੱਥੇ ਆਹ ਹਾਲ ਕੋਈ ਤਾਂ ਨਹੀਂ, ਹੁਣ ਵੀ ਬਲੱਡ ਵਧਾ ਖੜਾ ਸੀ, ਹੁਣ ਸਹਾਰਾ ਸਹਾਰ ਨਹੀਂ ਕਰਾ ਉਹਦਾ। ਟਾਈਮ ਹੀ ਟਪਾਉਣਾ ਬੇਟਾ, ਰੋ ਧੋ ਕੇ ਇਹ ਵੀ ਕਰਾਂ ਦੇ ਰੱਬਾ ਦਮਾਂ ਨਾ ਮਰਦੀ, ਸਾਡਾ ਪਿਓ ਨਾ ਮਰਦਾ, ਇਹ ਵੀ ਰੋਂਦੀਆਂ ਨੇ, ਉਹ ਵੀ ਰੋਂਦੀ, ਉਹ ਵੀ ਰੋਂਦੀ। ਨਾਨੀ ਸ਼ਾਮ ਦੀਤੀ ਗੁਮੜੀ ਦਬਾਨਾ ਹੈ, ਪਤਾ ਨਹੀਂ ਲੱਗਾ। ਕੋਈ ਨੀ ਸਾਂਭਦਾ, ਸਾਡੀ ਬੀਬੀ ਸਾਂਭਦੀ ਸੀ। ਕਿੱਧਰ ਜਾਈਏ, ਮੰਮੀ ਕਾਬਰ ਪੈਂਦੀ ਆ, ਰੋਣੀ ਆ ਕੇ ਆਉਂਦੀ ਆ, ਮੰਮੀ ਤੂੰ ਕਿਉਂ ਰੋਈ ਜਾਂਦੀ ਆ, ਮੰਮੀ ਤੂੰ ਕਿਉਂ ਰੋਈ ਜਾਂਦੀ, ਪੁੱਤਰ ਤੁਹਾਡਾ ਕੋਈ ਨੀ ਵਾਲੀ। ਮੇਰਾ ਨਾਂ ਸੁਹਾ ਬਾਈ। ਕੀ ਮਸਲਾ ਹੈਗਾ? ਕੀ ਮਸਲਾ ਬੇਟਾ, ਧੀ ਵੀ ਮਰ ਗਈ, ਜਵਾਈ ਵੀ ਮਰ ਗਿਆ, ਬੱਚੇ ਮੈਂ ਵਾਰਸ ਗੱਲ, ਕੋਈ ਤਾਤਾ ਬਣਾ ਵਾਰਸ, ਬੱਚਿਆਂ ਨੂੰ ਪੁੱਛ ਲਓ, ਕੋਈ ਨੀ ਵਾਰਸ ਬੱਚਿਆਂ ਦਾ ਬਣ ਗਿਆ। ਕਿੰਨੇ ਬੱਚੇ ਆ? ਤਿੰਨ ਬੱਚੇ ਨੇ। ਹੋਇਆ ਕੀ ਸੀ ਧੀ ਜਵਾਈ ਨੂੰ? ਧੀ ਨੂੰ ਟੀਬੀ ਹੋ ਗਈ ਸੀ ਤੇ ਮੁੱਕ ਗਿਆ 8 ਮਹੀਨੇ ਦਾ ਮੇਰੇ ਕੋਲ, ਤੇ ਹੁਣ ਜਵਾਈ ਨੂੰ ਅਟੈਕ ਹੋ ਗਿਆ ਤੇ ਮੁੱਕ ਗਿਆ। ਫਾਂ ਪੁੱਛ ਲਓ ਪਿੰਡ ਵਾਲਿਆਂ ਤੋਂ। ਕਿੱਥੇ ਇਹ ਬੱਚੇ ਕਿੱਥੇ ਰਹਿੰਦੇ ਸੀ ਪਹਿਲਾਂ? ਬੱਚੇ ਆਪਦੇ ਡੈਡੀ ਕੋਲ ਰਹਿੰਦੇ ਸੀ ਸਿੰਘਪੁਰੇ। ਅੱਛਾ। ਇੱਧਰ ਟਾਲੀ ਵਾਲੇ ਦਾ ਕਮਾਲ ਵਾਲੇ ਕੋਲ। ਤੇ ਫਿਰ ਇੱਥੇ ਆਇਆ ਮੇਰੇ, ਤੇ ਇੱਥੇ ਮੁੱਕ ਗਿਆ ਟਾਇਰ ਹੋ ਗਈ। ਤੇ ਫਿਰ ਹੁਣ ਬੱਚੇ ਉਹਨਾਂ ਨੇ ਹੀ ਸਾਂਭੇ, ਹੁਣ ਅਸੀਂ ਲੈ ਆਉਂਦੇ ਨੇ। ਬੱਚਿਆਂ ਦੇ ਦਾਦਾ ਦਾਦੀ ਨਹੀਂ ਹੈਗੀ? ਨਾ ਨਾ ਨਾ, ਦਾਦਾ ਨਾ ਦਾਦੀ ਕੋਈ ਨਹੀਂ। ਚਾਚੇ ਤਾਏ? ਕੋਈ ਨਹੀਂ, ਵਹਿੰਦੇ ਤਾਏ ਚਾਚੇ। 2 ਮਹੀਨੇ ਹੋ ਗਏ, ਕਦੇ ਫੋਨ ਹੀ ਨਹੀਂ ਲਾਇਆ ਵੀ ਬੱਚੇ ਮਰੇ ਜੇ ਕਿ ਜਿਉਂਦੇ ਜੇ। ਮੈਂ ਤਾਂ ਫਿਰ ਹੋਰ ਉੱਥੇ ਆਹ ਹਾਲ ਕੋਈ ਜਾਂ ਨਹੀਂ, ਹੁਣ ਵੀ ਬਲੱਡ ਵਧਾ ਖੜਾ ਸੀ, ਹੁਣ ਸਹਾਰਾ ਸਹਾਰ ਨਹੀਂ ਕਰਾ ਉਹਦਾ, ਮੈਂ ਕੀ ਕਰਾਂ। ਗੁਜ਼ਾਰਾ ਫਿਰ ਕਿਵੇਂ ਚੱਲਦਾ ਪਿਆ? ਗੁਜ਼ਾਰਾ ਕੀ ਚੱਲਣਾ, ਕੋਈ ਆ 10 ਕਿਲੋ ਆਟਾ ਮਿਲ ਗਿਆ ਦਾਣੇ। ਉਦਣ ਗਏ ਸੀ ਉਹ ਨਾਮ ਦਾਮ ਲਿਆ, ਉਹ ਨੱਕ ਕੋਈ ਮਾਤਾ 10 ਕਿਲੋ ਆਟਾ ਦੇ ਜਾਂਦੇ ਨੇ, ਕੋਈ ਸੌਦਾ ਦੇ ਜਾਂਦੇ ਨੇ, ਹੋਰ ਕੋਈ ਬਿਲਸਣ ਮਿਲੀ ਉਹ ਲੈ ਆਉਂਦਾ। ਟਾਈਮ ਹੀ ਟਪਾਉਣਾ ਬੇਟਾ, ਰੋ ਧੋ ਕੇ ਆਪਾਂ ਪਿੰਡ ਵਾਲੇ ਤੋਂ ਪੁੱਛਿਆ ਜਾਵੇ ਵੀ ਇਹੋ ਜੋਰਾ ਜੋਖਾ ਦਿਨੇ ਰਾਤ। ਬੱਚੇ ਵੀ ਇਹ ਵੀ ਕਰਾਂ ਦੇ ਰੱਬਾ ਦਮਾਂ ਨਾ ਮਰਦੀ, ਸਾਡਾ ਪਿਓ ਨਾ ਮਰਦਾ, ਇਹ ਵੀ ਰੋਂਦੀਆਂ ਨੇ, ਉਹ ਵੀ ਰੋਂਦੀ, ਉਹ ਵੀ ਰੋਂਦੀ, ਅਤੇ ਮੈਂ ਗਣੀ ਦੁਖੀ ਰੋਂਦੀ ਹਾਂ ਵੀ ਵੇਖ ਰੱਬਾ ਤੂੰ ਮੇਰੀ ਧੀ ਵੀ ਖੋਲੀ, ਜਵਾਈ ਵੀ ਖੋਲਿਆ, ਬੱਚੇ ਮੇਰੇ ਕੋਲ ਰੋਂਦੇ ਨੇ, ਬੱਚਿਆਂ ਨੂੰ ਭੰਗ ਪੁੱਛ ਲਓ ਵੀ ਕੋਈ ਆਸਰਾ ਨਹੀਂ, ਕੋਈ ਸਾਰਾ ਨਹੀਂ। ਪੜ੍ਹਦੇ ਬੱਚੇ? ਹਾਂ ਪੜ੍ਹਦੇ ਨੇ, ਇੱਥੇ ਜਾਂਦੇ ਨੇ, ਸਕੂਲ ਪਾਏ ਨੇ। ਕੀ ਨਾਂ ਬੇਟਾ ਤੁਹਾਡਾ? ਕਿਰਨਾ। ਕੀ ਗੱਲ ਹੋਈ ਸੀ ਮੰਮੀ ਡੈਡੀ ਨੂੰ? ਮੰਮੀ ਨੂੰ ਟੀਵੀ ਸੀ, ਡੈਡੀ ਨੂੰ ਅਟੈਕ ਹੋਇਆ ਸੀ। ਹੁਣ ਗੁਜ਼ਾਰਾ ਕਿਵੇਂ? ਨਾਨੀ ਸ਼ਾਮ ਦੀਤੀ, ਨਾਨੀ ਨਾਲ ਗੁਜ਼ਾਰਾ ਹੈ, ਨਾਨੀ ਸਾਨੂੰ ਖਾਣ ਗੁਜ਼ਾਰਾ ਨਾਨੀ ਨਾਲ ਕਰੀ ਦੱਸੀ। ਨਾਲੇ ਚਾਚੇ ਤਾਏ ਸਾਨੂੰ ਨਹੀਂ ਖਾਣਦੇ। ਨਹੀਂ ਸਮਝਦੇ? ਨਾ, ਉਹਨਾਂ ਸਾਨੂੰ ਧੱਕਾ ਦੇ ਦਿੱਤਾ। ਉਹਨਾਂ ਸਾਨੂੰ ਧੱਕਾ ਦੇ ਦਿੱਤਾ ਜਾਓ ਜਿੱਥੇ ਮਰਜ਼ੀ। ਤਾਂ ਗੱਲ
ਕੀ ਕਰੀਏ ਪੁੱਤਰ? ਕੀ ਨਾਮ ਹੈ ਤੁਹਾਡਾ? ਆ ਕੀ ਹੋਇਆ ਪੈਰ ਤੇ? ਕੀ ਹੋਇਆ? ਪਤਾ ਕੋ ਨਹੀਂ ਇਹਨੂੰ ਲੱਗਾ ਹੈ ਗੁੰਬੜੀ ਦਬਾਨਾ ਹੈ, ਪਤਾ ਨਹੀਂ ਲੱਗਾ। ਪੜ੍ਹਦੇ ਹੋ? ਪੜ੍ਹਦੇ ਨੇ। ਹਾਂ ਕਿ ਸਕੂਲ ਜਾਂਦੀਆਂ ਨੇ? ਹਾਂ। ਕੀ ਹੋਇਆ ਸੀ? ਮੰਮੀ ਨੂੰ ਟੀਵੀ ਵਿੱਚ ਡਾਰਿੰਗ ਟੈਕ ਹੋਇਆ। ਸਾਨੂੰ ਕੋਈ ਨਹੀਂ ਸਾਂਭਦਾ, ਸਾਡੀ ਬੀਬੀ ਸਾਂਭਦੀ ਸਾਨੂੰ। ਕਿੰਨੇ ਸਾਲ ਹੋ ਗਏ ਮੈਂ ਸਾਂਭਦੀ ਪਈ? ਕਿੰਨੇ ਸਾਲ ਦਾ ਜਵਾਬ? ਇਹ 5 ਸਾਲ ਪਹਿਲਾਂ ਜਦੋਂ ਵੋਟਾਂ ਪਈਆਂ ਸੀ ਨਾ ਉਦੋਂ, ਇਹਨਾਂ ਦੀ ਮੰਮੀ 5ਵੇਂ ਦਿਨ ਮਰ ਗਈ ਸੀ ਵੋਟਾਂ ਤੋਂ ਬਾਅਦ। ਉਦੋਂ ਦਾ ਮੇਰੇ ਗਾਲ ਹੈਗਾ, ਮੈਂ ਪਿੰਡ ਨੂੰ ਪੁੱਛਿਆ ਜਾਵੇ ਵੀ ਕਿਵੇਂ ਬੱਚੇ ਮੈਂ ਸਾਂਭਦੀ ਪਿਆ। ਪੁੱਤਰ ਕਿਹੜੀ ਕਲਾਸ ਰੋਈ ਕਿਉਂ ਜਾਂਦੀ ਹੈ? ਇਹ ਰੋਂਦੀਆਂ ਨੇ, ਮੇਰਾ ਪਿਓ ਵੀ ਖੋਲੀ, ਮਾਂ ਵੀ ਖੋਲੀ, ਕਿੱਧਰ ਜਾਈਏ? ਜਿੱਦਾਂ ਮੰਮੀ ਕਾਬਰ ਪੈਂਦੀਆਂ ਰੋਣੀਆਂ ਤੇ ਆਉਂਦੀਆਂ, ਮੈਂ ਮੰਮੀ ਤੂੰ ਕਿਉਂ ਰੋਈ ਜਾਂਦੀ ਹੈ, ਮੰਮੀ ਤੂੰ ਕਿਉਂ ਰੋਈ ਜਾਂਦੀ? ਪੁੱਤਰ ਤੁਹਾਡਾ ਕੋਈ ਨਹੀਂ ਵਾਲੀ, ਤੁਹਾਡੇ ਤਾਏ ਚਾਚਾ ਵੀ ਕਦੇ ਨਹੀਂ ਫੋਨ ਲਾਇਆ ਵੀ ਜੀਂਦੀਆਂ ਨੇ ਕਿ ਮਰ ਗਈਆਂ ਨੇ, ਤੇ ਫਿਰ ਕੀ ਜੀਣਾ ਪੱਤਰਕਾਰੋ? ਕੀ ਕਰੀਏ, ਇਹ ਨਿੱਕਾ ਜਿਹਾ ਕਾਕਾ ਸੀ, ਇਹਨੂੰ ਵਿਚਾਰ ਨੂੰ ਸੁਰਤ ਕੋਈ ਨਹੀਂ। ਰੋਣਾ ਪੁੱਤਰ ਕੋਈ ਗੱਲ ਨਹੀਂ, ਮੈਂ ਇਹਨਾਂ ਦੇ ਸਿਰ 'ਤੇ ਹੱਥ ਰੱਖਣੀ ਪੁੱਤੂ ਨਾ ਰੋਈਆਂ ਕਰਕੇ। ਮੈਂ ਤੁਹਾਡੀ ਮਾਂ ਵੀ ਹਾਂ, ਨਾਨੀ ਵੀ ਹਾਂ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਪਿੰਡ ਕਨਲਾਂ ਵਾਲੇ ਝੁੱਗੇ ਦੀਆਂ, ਜਿੱਥੇ ਇਹ ਪਰਿਵਾਰ ਹੈ। ਇੱਕ ਬਜ਼ੁਰਗ ਮਾਤਾ ਹੈਗੀ ਹੈ ਜਿਸ ਦੀ ਧੀ ਟੀਬੀ ਦੇ ਨਾਲ ਮਰ ਗਈ, ਅਤੇ ਜਵਾਈ ਜਿਹੜਾ ਸੀ ਉਸਨੂੰ ਅਟੈਕ ਹੋ ਗਿਆ ਅਤੇ ਉਹ ਅਟੈਕ ਦੇ ਨਾਲ ਮਰ ਗਿਆ। ਤਾਂ ਬਜ਼ੁਰਗ ਮਾਤਾ 3 ਬੱਚੇ ਇਸ ਉਮਰ ਦੇ ਵਿੱਚ ਸਾਂਭ ਰਹੀ ਹੈ ਔਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ। ਤਸਵੀਰਾਂ ਜਿਹੜੀਆਂ ਇਹਨਾਂ ਦੇ ਘਰ ਦੀਆਂ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਘਰ ਹੈ, ਬਲਕਿ ਘਰ ਦੇ ਨਾਂ 'ਤੇ ਕਹੀਏ ਤਾਂ ਇੱਕ ਢਾਰਾ ਜਿਹਨੂੰ ਕਹਿ ਲੈਂਦੇ ਆ ਉਹ ਹੈਗਾ। ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੈ। ਇਸ ਘਰ ਦੇ ਦੀਵਾਰਾਂ ਜਿਹੜੀਆਂ ਇਸ ਕਮਰੇ ਦੀਆਂ ਟੁੱਟੀਆਂ ਹੋਈਆਂ, ਤਾਂ ਇਹ ਮਜਬੂਰੀ ਹੈ। ਮਜਬੂਰੀ ਦੇ ਵਿੱਚ ਗੁਜ਼ਾਰਾ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਪਰਿਵਾਰ ਕਰ ਰਿਹਾ। ਔਰ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਆ ਉਹ ਵੱਧ ਤੋਂ ਬੱਤਰ ਹੈ। ਇੱਕ ਬੱਚੀ ਹੈ ਛੋਟੀ ਜਿਹੀ ਜਿਸਦੇ ਸ਼ਾਇਦ ਪੈਰ 'ਤੇ ਕਹਿੰਦੇ ਆ ਕਿ ਸੱਪ ਜਿਹੜਾ ਹੈਗਾ ਉਹ ਸੁੰਘ ਗਿਆ, ਤਾਂ ਉਸ ਤੋਂ ਬਾਅਦ ਜ਼ਖਮ ਹੋ ਗਏ, ਜੇ ਇਲਾਜ ਨਾ ਹੋਇਆ ਤਾਂ ਇਸਦਾ ਪੈਰ ਨਹੀਂ ਬਚਣਾ। ਤਾਂ ਇੱਕ ਛੋਟਾ ਜਿਹਾ ਬੱਚਾ ਹੈ ਜੋ ਮਹਿਜ਼ 5 ਦਿਨ ਦਾ ਸੀ ਜਦ ਇਸਦੀ ਮਾਂ ਜਿਹੜੀ ਹੈ ਉਹ ਤੁਰ ਗਈ, ਤਾਂ ਉਸ ਤੋਂ ਬਾਅਦ ਨਾਨੀ ਨੇ ਸਾਂਭਿਆ। ਤਾਂ 2 ਧੀਆਂ ਹੈਗੀਆਂ ਜੋ ਪੜ੍ਹਾਈ ਕਰਦੀਆਂ, ਲੇਕਿਨ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੈਗੇ ਆ। ਬਜ਼ੁਰਗ ਮਾਤਾ ਦਿਨ ਰਾਤ ਤਾਂ ਇਹ ਬਜ਼ੁਰਗ ਮਾਤਾ ਜਿਨ੍ਹਾਂ ਦੀ ਉਮਰ 85 ਸਾਲ ਦੀ ਹੈ, ਦਿਨ ਭਰ ਰਾਤ ਆਪਣੀ ਧੀ ਨੂੰ ਯਾਦ ਕਰ ਰੋਂਦੀ ਹੈ, ਤਾਂ ਬੱਚੇ ਆਪਣੀ ਮਾਂ ਨੂੰ ਯਾਦ ਕਰਦੇ ਆ। ਤਾਂ ਹਾਲਾਤ ਇਹ ਹੈ ਕਿ ਖਾਣ ਲਈ ਵੀ ਇਹਨਾਂ ਕੋਲ ਕੁਛ ਨਹੀਂ ਹੈਗਾ। ਕਹਿੰਦੇ ਆ ਜੇ ਕਿਤੋਂ ਆਟਾ ਦਾਲ ਕੁਛ ਮਿਲ ਜਾਂਦਾ ਹੈ ਤਾਂ ਅਸੀਂ ਗੁਜ਼ਾਰਾ ਕਰ ਲੈਂਦੇ ਹਾਂ, ਨਹੀਂ ਤਾਂ ਵੱਡੀ ਫਿਕਰ ਜਿਹੜੀ ਹੈ ਉਹ ਪਰਿਵਾਰ ਨੂੰ ਇਸ ਗੱਲ ਦੀ ਹੈ ਕਿ ਬਜ਼ੁਰਗ ਮਾਤਾ ਬੱਚਿਆਂ ਨੂੰ ਚਾਚੇ ਨਹੀਂ ਸਾਂਭਦੇ, ਕੋਈ ਵੀ ਨਹੀਂ ਸਾਂਭਦਾ, ਬਜ਼ੁਰਗ ਸਾਂਭ ਰਹੀ ਹੈ। ਤਾਂ ਇਹ ਕਹਿੰਦੀ ਹੈ ਕਿ ਜਦ ਮੈਂ ਇਸ ਜਹਾਨ ਤੋਂ ਤੁਰ ਜਾਂਗੀ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਕੀ ਬਣੇਗਾ, ਇਹਨਾਂ ਦਾ ਗੁਜ਼ਾਰਾ ਜਿਹੜਾ ਹੈਗਾ ਕਿਸ ਤਰ੍ਹਾਂ ਨਾਲ ਹੋਏਗਾ। ਤਾਂ ਅੱਜ ਮਜਬੂਰ ਹੋ ਕੇ ਜਿਹੜਾ ਹੈਗਾ ਇਹਨਾਂ ਨੇ
ਸਾਡੇ ਨਾਲ ਸੰਪਰਕ ਕੀਤਾ ਅਤੇ ਇਹ ਜਿਹੜੀ ਹੈਗੀ ਹੈ ਇੱਕ ਵੀਡੀਓ ਜਿਹੜੀ ਹੈ ਉਹ ਅਸੀਂ ਬਣਾਈ ਹੈ ਤੁਹਾਡੇ ਤਾਂ ਜਿਹੜੀ ਹੈਗੀ ਆ ਲੈ ਕੇ ਆਏ ਹਾਂ ਤਾਂ ਕਿ ਇਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਮਦਦ ਕੀਤੀ ਜਾ ਸਕੇ। ਇਹ ਬੱਚੇ ਜਿਹੜੇ ਜਿਨ੍ਹਾਂ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ, ਮਹਿਜ਼ 5 ਦਿਨ ਦਾ ਇਹ ਜਵਾਕ ਸੀ, ਜਦ ਇਸਦੀ ਮਾਂ ਜਿਹੜੀ ਆ ਉਹ ਪੂਰੀ ਹੋ ਜਾਂਦੀ, ਰੱਬ ਨੂੰ ਪਿਆਰੀ ਹੋ ਜਾਂਦੀ ਹੈ, ਤਾਂ ਹੁਣ ਹਾਲਾਤ ਇੱਦਾਂ ਦੇ ਹੈਗੇ ਆ ਕਿ ਇਹਨਾਂ ਦੇ ਘਰ ਦੇ ਵਿੱਚ ਖਾਣ ਲਈ ਵੀ ਕੁਛ ਨਹੀਂ ਹੈਗਾ। ਤਸਵੀਰਾਂ ਜਿਹੜੀਆਂ ਅੰਦਰ ਦੀਆਂ ਵੀ ਤੁਹਾਨੂੰ ਦਿਖਾਉਂਦੇ ਹਾਂ, ਕਮਰੇ ਦੇ ਅੰਦਰ ਵੀ ਕੁਛ ਨਹੀਂ ਇਹਨਾਂ ਦੇ ਲੱਭਦਾ, ਬਾਰੀਆਂ ਟੁੱਟੀਆਂ ਹੋਈਆਂ, ਤਾਂ ਘਰ ਦੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਬੱਤਰ ਹੋਏ ਆ। ਤਸਵੀਰਾਂ ਜਿਹੜੀਆਂ ਉਹ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਦੇ ਘਰ ਦੀਆਂ ਵੀ, ਤਾਂ ਤੁਸੀਂ ਦੇਖ ਸਕਦੇ ਹੈ ਘਰ ਦੇ ਨਾਂ 'ਤੇ ਸਿਰਫ ਇੱਕ ਜਿਹੜਾ ਹੈਗਾ ਉਹ ਢਾਰਾ ਹੈਗਾ ਜਿਹਦੇ ਵਿੱਚ ਇਹ ਪਰਿਵਾਰ ਜਿਹੜਾ ਉਹ ਆਪਣਾ ਗੁਜ਼ਾਰਾ ਕਰ ਰਿਹਾ। ਬਜ਼ੁਰਗ ਹੈ, 85 ਸਾਲ ਦੀ ਇਸ ਦੀ ਉਮਰ ਹੈ, ਔਰ ਕਹਿੰਦੀ ਹੈ ਕਿ ਜਦ ਤੱਕ ਮੈਂ ਹੈਗੀ ਹਾਂ ਤਾਂ ਠੀਕ ਹੈ, ਤਾਂ ਮੇਰੇ ਤੋਂ ਬਾਅਦ ਇਹਨਾਂ ਬੱਚਿਆਂ ਦਾ ਕੀ ਬਣੇਗਾ। ਤਾਂ ਅਪੀਲ ਜਿਹੜੀ ਹੈ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ, ਤਾਂ ਅਸੀਂ ਵੀ ਜਿਹੜਾ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਵੱਧ ਤੋਂ ਵੱਧ, ਕਿਉਂਕਿ ਹਾਲਾਤ ਜਿਹੜੇ ਆ ਇਹਨਾਂ ਦੇ ਵੱਧ ਤੋਂ ਬੱਤਰ ਹੋਏ ਆ। ਅਸੀਂ ਗੁਰਦੁਆਰਿਆਂ 'ਚ, ਮੰਦਰਾਂ 'ਚ, ਕਈ ਥਾਵਾਂ 'ਤੇ ਦਾਨ ਕਰ ਦਿੰਦੇ ਹਾਂ, ਜਿੱਥੇ ਜ਼ਰੂਰਤ ਨਹੀਂ ਹੈਗੀ ਉੱਥੇ ਵੀ ਅਸੀਂ ਲੱਖਾਂ ਰੁਪਏ ਚੜਾਵਾ ਚੜਾ ਦਿੰਦੇ ਹਾਂ। ਜਿੱਥੇ ਕੋਈ ਕਮੀ ਨਹੀਂ, ਰੱਬ ਦੇ ਘਰ ਦੇ ਵਿੱਚ ਕੋਈ ਕਮੀ ਨਹੀਂ, ਉੱਥੇ ਅਸੀਂ ਬਹੁਤ ਕੁਝ ਦੇ ਦਿੰਦੇ ਹਾਂ, ਲੇਕਿਨ ਇਹ ਗਰੀਬ ਇਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈਗੀ ਹੈ, ਤਾਂ ਇਹਨਾਂ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਵੇ। ਮਾਤਾ ਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਬੜੇ ਲੋਕ ਤੁਹਾਨੂੰ ਹੁਣ ਦੇਖ ਰਹੇ ਆ, ਜਿਹੜੀ ਮਦਦ ਨਾ ਹੋਵੇ ਬੱਚਿਆਂ ਨੂੰ ਕਰਨ, ਦਾਨ ਦੇਵਣ ਦੇ ਤਾਂ ਆਨੰਦ ਆਈਏ ਪੁੱਤਰ। ਮੈਂ ਤਾਂ ਕਹਿ ਦਿੰਦੀ ਪ੍ਰਾਣੀ ਆ ਆਪਦਾ ਘਰ ਤੇ ਖਾਧੀ ਜਾਮਣ ਦੇ ਇੱਥੇ ਬੈਠੇ ਰਹਿੰਦੇ। ਮੈਂ ਤਾਂ ਇਹੋ ਅੱਡ ਅੱਡ ਤੇ ਬਹੁਤ ਬਹੁਤ ਆਉਂਦੀ ਵੀ ਵੇਖ ਰੱਬਾ ਤੂੰ ਕੀ ਸੋਚਿਆ, ਤੂੰ ਕੀ ਰੱਬਾ ਸੋਚਿਆ, ਬੱਚਿਆਂ ਨੂੰ ਵੇਖ ਵੇਖ ਮੈਂ ਆਪ ਰੋਂਦੀ ਹਾਂ, ਮੈਂ ਕੀ ਕਰਾਂ। ਪੁੱਤਰ ਕੀ ਕਹਿਣਾ ਚਾਹੁੰਦੇ ਹੋ, ਕਿਸ ਚੀਜ਼ ਦੀ ਜ਼ਰੂਰਤ ਹੈ ਬੇਟੇ? ਮਦਦ ਮਿਲਣੀ ਚਾਹੀਦੀ ਬੱਚਿਆਂ ਨੂੰ ਆਪਦਾ ਸੱਚੂ ਹੱਥ ਜੋੜ ਪੁੱਤਰ ਹੈ। ਕੋਈ ਗੱਲ ਨਹੀਂ ਮਾਤਾ ਜੀ, ਕੋਈ ਗੱਲ ਕੋਈ ਜ਼ਰੂਰ ਨਹੀਂ। ਇਹ ਵੀ ਆਪਣਾ ਮੰਮੀ ਤੂੰ ਕਿਉਂ ਰੋਣੀ, ਮੈਂ ਰੋਣੀ ਹਾਂ ਤੇ ਆਪਣੀ ਬੀਬੀ ਤੂੰ ਕਿਉਂ ਰੋਣੀ, ਮੇਰਾ ਬਲੱਡ ਵੱਜ ਜਾਂਦਾ ਕਦੇ ਕਿਵੇਂ ਹੋ ਜਾਂਦਾ ਪੁੱਤਰ, ਮੈਂ ਤਾਂ ਰੋਣੀ ਹਾਂ ਵੀ ਵੇਖ ਬੱਚਿਆਂ ਨੂੰ ਕੌਣ ਸਾਂਭੇਦਾ, ਮੈਂ ਅੱਖਾਂ ਮੀਟ ਗਈ ਤਾਂ ਕਰੀਏ ਪੁੱਤਰ। ਤਾਂ ਬਿਲਕੁਲ ਇਸ ਵੀਡੀਓ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਇਹਨਾਂ ਦਾ ਕੰਟੈਕਟ ਨੰਬਰ ਔਰ ਬੈਂਕ ਡਿਟੇਲਸ ਜਿਹੜੀਆਂ ਹੈਗੀਆਂ ਉੱਤੇ ਦੇ ਦਿੱਤੀਆਂ ਜਾਣਗੀਆਂ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਇਸ ਪਰਿਵਾਰ ਦੀ ਮਦਦ ਹੋ ਸਕੇ। ਇਹ 3 ਬੱਚੇ ਜਿਨ੍ਹਾਂ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਗਿਆ ਔਰ ਅੱਜ ਜਿਹੜਾ ਹੈਗਾ ਰੋਟੀ ਤੋਂ ਵੀ ਮੁਹਤਾਜ ਹੋਏ ਹੈ। ਤਾਂ ਇੱਕ ਬਜ਼ੁਰਗ ਹੈ, 85 ਸਾਲ ਦੀ ਨਾਨੀ ਹੈ ਜੋ ਇਹਨਾਂ ਬੱਚਿਆਂ ਨੂੰ ਸਾਂਭ ਰਹੀ ਹੈ, ਉਹ ਵੀ ਕਹਿੰਦੀ ਹੈ ਕਿ ਜਦ ਤੱਕ ਮੈਂ ਹਾਂ ਉਦੋਂ ਤੱਕ ਇਹ ਬੱਚੇ ਹੈਗੇ ਆ, ਜਦ ਮੈਂ ਜਾਨੋਂ ਤੁਰ ਗਈ ਤਾਂ ਫਿਰ ਇਹਨਾਂ ਦਾ ਕੀ ਬਣੂਗਾ। ਤਾਂ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਜੋ ਮਹਿਜ਼ 5 ਦਿਨ ਦਾ ਸੀ, ਤਾਂ ਇਸਦੇ ਸਿਰ ਤੋਂ ਜਿਹੜਾ ਹੈਗਾ ਇਸਦੀ ਮਾਂ ਦਾ ਸਾਇਆ ਉੱਠ ਗਿਆ ਸੀ, ਤਾਂ ਹੁਣ ਬਾਪ ਵੀ ਪੂਰਾ ਹੋ ਗਿਆ, ਤਾਂ ਇਹ ਬੱਚੇ ਪੂਰੀ ਤਰ੍ਹਾਂ ਦੇ ਨਾਲ ਅਨਾਥ ਹੋ ਗਏ ਔਰ ਨਾਨੀ ਇਹਨਾਂ ਨੂੰ ਪਾਲ ਸਾਂਭ ਰਹੀ ਹੈ। ਤਾਂ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਹਨਾਂ ਦੀ ਮਦਦ ਜਿਹੜੀ ਹੈਗੀ ਆ ਉਹ ਜ਼ਰੂਰ ਕਰੋ। ਬੈਂਕ ਡਿਟੇਲਸ ਜਿਹੜੀਆਂ ਹੈਗੀਆਂ ਉਹ ਸਕਰੀਨ ਦੇ ਉੱਤੇ ਅਸੀਂ ਦੇ ਰਹੇ ਹਾਂ। ਧੰਨਵਾਦ।